ਅਕਾਲੀ ਦਲ ਟਕਸਾਲੀ ਆਗੂਆਂ ਵੱਲੋਂ ਬਾਦਲਾਂ ਦੇ ਗੜ੍ਹ ਬਠਿੰਡਾ ਜਾ ਕੇ ਪ੍ਰੈਸ ਕਾਨਫਰੰਸ ਕਰ ਬਾਦਲ ਪਰਿਵਾਰ ਨੂੰ ਚੁਣੌਤੀ ਦੇਣ ਤੋਂ ਬਾਅਦ ਵੱਡੇ ਬਾਦਲ ਮਤਲਬ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਟਕਸਾਲੀਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸਾਰਾ ਪੰਜਾਬ ਹੀ ਸਾਡਾ ਘਰ ਹੈ, ਇਹ ਸ਼੍ਰੋਮਣੀ ਅਕਾਲੀ ਦਲ ਹੈ, ਕੋਈ ਬਾਦਲਾਂ ਦਾ ਘਰ ਨਹੀਂ ਅਤੇ ਟਕਸਾਲੀ ਤਾਂ ਸਾਰੇ ਹੀ ਨੇ, ਕੋਈ ਮੋਹਰ ਨਹੀਂ ਲੱਗੀ ਕਿ ਕੌਣ ਟਕਸਾਲੀ ਹੈ ਕਿ ਕੌਣ ਨਹੀਂ। ਅਤੇ ਬਾਦਲਾਂ ਦੇ ਖਿਲਾਫ ਟਕਸਾਲੀਆਂ ਦੇ ਮਹਾਂਗਠਜੋੜ ਬਣਾਉਣ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਵਿਰੋਧੀਆਂ ਦੀ ਸਾਜਿਸ਼ ਹੁੰਦੀ ਹੈ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਹੋਰ ਅਕਾਲੀ ਦਲ ਖੜੇ ਕਰਨ ਦੀ, ਪਰ ਅੱਜ ਤੱਕ ਕੋਈ ਕਾਮਯਾਬ ਨਹੀਂ ਹੋਇਆ। ਨਕਲੀ ਚੀਜ਼ ਨਕਲੀ ਹੀ ਹੁੰਦੀ ਹੈ ਤੇ ਅਸਲੀ ਚੀਜ਼ ਅਸਲੀ। ਸਾਡਾ ਕੋਈ ਘਰ, ਸਾਰਾ ਪੰਜਾਬ ਹੀ ਸਾਡਾ ਘਰ ਹੈ ਤੇ ਕੋਈ ਸਾਡਾ ਇਹ ਨਹੀਂ ਵੀ ਆਹ ਘਰ ਹੈ ਜਾਂ ਫਲਾਣਾ ਘਰ ਹੈ। ਤੇ ਬਾਕੀ ਹੈ ਕਿ ਦੇਖੋ, ਸ਼੍ਰੋਮਣੀ ਅਕਾਲੀ ਦਲ ਹੈ, ਇਹ ਕੋਈ ਬਾਦਲਾਂ ਦਾ ਘਰ ਨਹੀਂ। ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਹੈ। ਕਾਂਗਰਸ ਤੋਂ ਬਾਅਦ BJP ਜਾਂ ਕਮਿਊਨਿਸਟ ਪਾਰਟੀਆਂ ਇਹ ਬਾਅਦ 'ਚ ਆਈਆਂ। ਟਕਸਾਲੀ ਤਾਂ ਸਾਰੀ ਹੈ, ਕੋਈ ਟਕਸਾਲੀ ਖਾਰ ਮੋਹਰ ਤਾਂ ਲੱਗੀ ਨਹੀਂ ਕਿਸੇ 'ਤੇ, ਇਹ ਟਕਸਾਲੀ ਹੈ ਟਕਸਾਲੀ ਨਹੀਂ। ਦੇਖੋ, ਇੱਕ ਹਮੇਸ਼ਾ ਕੋਸ਼ਿਸ਼ ਰਹੀ ਹੈ ਕਾਂਗਰਸ ਜਮਾਤ ਦੀ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਜਾਂ ਹੋਰ ਅਕਾਲੀ ਦਲ ਖੜੇ ਕਰਨੇ, ਲੇਕਿਨ ਅੱਜ ਤੱਕ ਤਾਂ ਕਦੇ ਕੋਈ ਕਾਮਯਾਬ ਹੋਇਆ ਨਹੀਂ। ਮਤਲਬ ਮੈਂ 70-80 ਸਾਲ ਤਾਂ ਮੈਨੂੰ ਸਿਆਸਤ 'ਚ ਹੋ ਗਿਆ, ਕਦੇ ਕੋਈ ਖੜੇ ਹੋਏ ਬੜੇ ਬੜੇ ਹੋਏ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਅਤੇ ਕੋਈ ਕਾਮਯਾਬ ਕੋਈ ਆਇਆ ਨਹੀਂ। ਕਿਉਂਕਿ ਅਸਲੀ ਚੀਜ਼ ਜਿਹੜੀ ਹੁੰਦੀ ਹੈ ਉਹ ਅਸਲੀ ਹੁੰਦੀ ਹੈ, ਨਕਲੀ ਨਕਲੀ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।